ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜਿਉਂ ਆ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ। ਮੇਰੇ ਨਾਲ ਨੇ ਸਰਦਾਰ ਨਰਿੰਦਰਪਾਲ ਸਿੰਘ। ਸਰਦਾਰ ਸਾਹਿਬ, ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਜਿਹੜੇ ਹੁਣੇ ਹੁਣੇ ਬਣੇ ਆ, ਜੇ ਜਸ਼ਨ ਪੂਰੇ ਨਹੀਂ ਹੋਏ, ਚਾਹ ਮੁੱਕੇ ਨਹੀਂ ਜੀ, ਚੁਣੌਤੀ ਸਾਹਮਣੇ ਆਉਣ ਪਈ ਆ। ਕਹਿੰਦੇ ਉਹਨਾਂ ਦੀ ਪ੍ਰਧਾਨਗੀ ਜਿਹੜੀ ਹੁਣੇ ਚੋਣ ਹੋਈ ਆ ਜੀ, ਉਹਨੂੰ ਚੈਲੰਜ ਕਰਨ ਦਾ ਪੂਰਾ ਮਨ ਬਣਾ ਲਿਆ ਗਿਆ ਚੋਣ ਕਮਿਸ਼ਨ ਭਾਰਤ ਦੇ ਕੋਲ? ਦੇਖੋ, ਇਹ ਤਾਂ ਸਵਾਲ ਉਸੇ ਦਿਨ ਉੱਠ ਪਿਆ ਸੀ ਕਿ ਉਹਨਾਂ ਦੀ ਚੋਣ ਜਿਹੜੀ ਆ ਜੀ, ਕਿਸੇ ਤਰ੍ਹਾਂ ਵੀ ਲੋਕਤੰਤਰਿਕ ਢੰਗ ਜਾਂ ਬਾਦਲ ਦਲ ਦੇ ਸੰਵਿਧਾਨ ਦੇ ਅਨੁਕੂਲ ਹੀ ਨਹੀਂ ਆ। ਸ਼ਰੀਕਾਂ ਨੂੰ ਕਦੇ ਘਟਾ ਕੇ ਨਹੀਂ ਵੇਖਣਾ ਚਾਹੀਦਾ, ਸਿਆਣੇ ਕਹਿੰਦੇ ਹੁੰਦੇ ਸੀ ਜੀ। ਬਿਲਕੁਲ ਠੀਕ। ਔਰ ਜੇ ਸ਼ਰੀਕਾਂ ਨੂੰ ਘਟਾ ਕੇ ਦੇਖੋਗੇ, ਪਤਾ ਨਹੀਂ ਹੁੰਦਾ ਕੱਛ 'ਚੋਂ ਮੁੰਗਲੀ ਕਦੋਂ ਕੱਢ ਦੇਣ। ਹਾਂ, ਕਹਿੰਦੇ ਕਹਾਵਤ ਹੈ ਕਿ ਸ਼ਰੀਕ ਲਗਾਵੇ ਲੀਕ, ਪੁੱਜੇ ਜਿੱਥੋਂ ਤੀਕ। ਸੁਖਦੇਵ ਸਿੰਘ ਢੀਂਡਸਾ ਬੜੇ ਸਾਲ ਨਾਲ ਰਹੇ ਜੀ, ਉਹ ਤੋਂ ਇਲਾਵਾ ਬ੍ਰਹਮਪੁਰਾ ਸੇਖਵਾਂ ਮਨਜੀਤ ਸਿੰਘ ਜੀ ਕੇ, ਅੱਛਾ, ਔਰ ਉਸ ਤੋਂ ਇਲਾਵਾ ਅੱਗੇ ਰਵਿੰਦਰ ਸਿੰਘ, ਹਾਂ 1920 ਵਾਲੇ ਦੇ ਪ੍ਰਧਾਨ, ਸਾਰੇ ਦੇ ਮਤਲਬ ਢਿੱਡ ਦੇ ਪੜਦੇ ਜਾਣਦੇ ਨੇ ਨਾ, ਜਿਨ੍ਹਾਂ ਨਾਲ ਸਾਂਝਾਂ ਲੰਬੀਆਂ ਹੋਣ। ਬਿਲਕੁਲ, ਉਹਨਾਂ ਨਾਲ ਦੁਸ਼ਮਣੀ ਵੀ ਤੇ ਉਸੇ ਪੱਧਰ ਦੀ ਹੁੰਦੀ। ਬਿਲਕੁਲ। ਦੇਖੋ, ਅਸੀਂ ਕਈ ਵਾਰ ਨਵੀਂ ਪੀੜ੍ਹੀ 'ਚ ਇਹ ਸੋਚ ਲੈਂਦੇ ਕਿ ਇਹ ਤਾਂ ਬਜ਼ੁਰਗ ਬੰਦੇ ਪੁਰਾਣੇ ਨੇ ਜੀ, ਅਸੀਂ ਇਹ ਭੁੱਲ ਜਾਂਦੇ ਹਾਂ ਹਾਂ ਕਿ ਬੋਰਡ ਜਿੰਨਾ ਭਾਰਾ ਹੁੰਦਾ। ਬਿਲਕੁਲ ਨਹੀਂ, ਵੀ ਇਹ ਜਿਹੜੇ ਬੁੱਢੇ ਨੇ ਇਹ ਵਾਕਿਆ ਟਰੰਕ 'ਚ ਪਾ ਕੇ ਨਾਲ ਲਿਜਾਣ ਵਾਲੇ ਨੇ। ਲੇਕਿਨ ਅੱਜ ਤੱਕ ਇੱਕੋ ਹੀ ਬਜ਼ੁਰਗ ਪ੍ਰਕਾਸ਼ੋਂ ਬਾਦਲ ਭਾਰੇ ਪੈਂਦੇ ਰਹੇ ਸਾਰਿਆਂ 'ਤੇ। ਬਿਲਕੁਲ ਸਹੀ ਗੱਲ। ਇਸ ਵਾਰੀ ਗੱਲ ਕੋ ਉਲਟੀ ਪੈਂਦੀ ਜਾਪਦੀ ਹੈ, ਜਦੋਂ ਹੁਣ ਇਹ ਕਨਸੋਵਾਂ ਨਹੀਂ ਸਰਗਰਮੀ ਸ਼ੁਰੂ ਹੋ ਗਈ ਹੈ। ਸਰਗਰਮੀ ਸ਼ੁਰੂ ਹੋ ਗਈ ਹੈ ਕਿ ਜਿਹੜੀ 14 ਤਰੀਕ ਵਾਲੇ ਦਿਨ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਡੈਲੀਗੇਟਸ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਬਤੌਰ ਪ੍ਰਧਾਨ ਤੀਜੀ ਵਾਰੀ ਚੋਣ ਕੀਤੀ ਗਈ ਹੈ, ਉਹਨਾਂ ਡੈਲੀਗੇਟਸ ਨੂੰ ਲੱਭਣ ਲਈ ਅਗਲਿਆਂ ਨੇ ਕਮਰ ਕੱਸੇ ਕਰ ਲਏ। ਕਹਿੰਦੇ ਜੀ ਪੂਰਾ ਪੰਜਾਬ ਛਾਣ ਮਾਰੋ। ਅੱਛਾ, ਪਹਿਲਾਂ ਤੇ ਪੁਰਾਣੇ ਟਕਸਾਲੀ ਜਿਹੜੇ ਪੁਰਾਣੇ ਬਜ਼ੁਰਗ ਅਕਾਲੀ ਸੀ, ਅੱਛਾ ਅੱਛਾ, ਉਹਨਾਂ ਨੂੰ ਪੁੱਛੀਏ ਵੀ ਤੁਸੀਂ ਤੁਸੀਂ ਡੈਲੀਗੇਟ ਹੈਗੇ ਹੋ। ਫਿਰ ਕਹਿੰਦੇ ਥੋੜ੍ਹੇ ਜਿਹੇ ਜਵਾਨਾਂ ਵੱਲ ਆਈਏ ਵੀ ਤੁਸੀਂ ਡੈਲੀਗੇਟ ਹੈਗੇ ਹੋ। ਬਿਲਕੁਲ ਠੀਕ ਹੈ। ਜੇ ਉਹ ਪੁਰਾਣੇ ਅਸਲ ਅਕਾਲੀ ਡੈਲੀਗੇਟ ਨਹੀਂ ਜੀ, ਤੇ ਫਿਰ ਲੱਭਣ ਜਾਵਾਂਗੇ ਕਿ ਡੈਲੀਗੇਟ ਹੈ ਕੌਣ। ਹਾਂ, ਤੇ ਕਹਿੰਦੇ ਜੇਕਰ ਇੰਜ ਸਾਨੂੰ ਨਹੀਂ ਗੱਲ ਬਣਦੀ ਜੀ, ਕਿਉਂਕਿ ਡੈਲੀਗੇਟ ਤੇ ਅਜੇ ਤੱਕ ਲੁਕਵੇਂ ਰੂਪ 'ਚ ਹੀ ਨੇ ਨਾ। ਬਿਲਕੁਲ ਬਿਲਕੁਲ। ਤੇ ਕਹਿੰਦੇ ਫਿਰ ਅਸੀਂ ਭਾਰਤ ਦੇ ਚੋਣ ਕਮਿਸ਼ਨ ਕੋਲ ਜਾਵਾਂਗੇ ਜੀ ਕਿ ਇਹ ਜਿਹੜੀ ਇਲੈਕਸ਼ਨ ਪ੍ਰਕਿਰਿਆ ਵਾ ਇਹ ਫਰਜ਼ੀ ਹੈ। ਪਹਿਲੀ ਗੱਲ ਤੇ ਹੈ ਕਿ ਜਿਹੜੇ ਡੈਲੀਗੇਟ ਵੋਟਾਂ ਪਾ ਕੇ ਗਏ ਨੇ ਜੀ, ਉਹਨਾਂ ਦੀ ਬਕਾਇਦਾ ਹਾਜ਼ਰੀ ਹੋਏਗੀ। ਬਿਲਕੁਲ ਹੋਏਗੀ। ਔਰ ਹਾਜ਼ਰੀ ਵੀ ਇੱਕ ਜਗ੍ਹਾ ਨਹੀਂ ਬਲਕਿ ਦੋ ਦੋ ਜਗ੍ਹਾ 'ਤੇ ਜੀ। ਪਹਿਲਾਂ ਤਾਂ ਤੇਜਾ ਸਿੰਘ ਸਮੁੰਦਰੀ ਹਾਲ ਦੀਆਂ ਪੌੜੀਆਂ ਚੜ੍ਹਦੇ ਹੀ ਬਗਾਨੇ ਪੁੱਤਾਂ ਨੇ 468 ਦੀ ਲਿਸਟ ਥੱਲੇ ਫੜਾਈ ਹੋਣੀ ਆ ਜੀ, ਵੀ ਆਹ ਬੰਦੇ ਉੱਪਰ ਜਾਣੇ ਜੇ। ਬਿਲਕੁਲ। ਅਤੇ ਉਹ ਲਿਸਟ ਜਿਹੜੀ ਆ ਉਹ ਸਰਕਾਰੀ ਮਹਿਕਮਿਆਂ ਕੋਲ ਵੀ ਪੁੱਜੀ ਹੋਣੀ ਆ, ਕੁਦਰਤੀ ਹੈ, ਅਤੇ ਫਿਰ ਉੱਪਰ ਲਿਸਟ ਵੱਖਰੀ ਹੋਣੀ ਆ। ਤੁਹਾਡੇ ਕੈਮਰੇ ਵੀ ਤਾਂ ਲੱਗੇ ਹੀ ਹੁੰਦੇ ਆ। ਉਹ ਚਲੋ ਜੀ, ਸਾਡੇ ਦੇ ਕੈਮਰੇ ਬਾਅਦ 'ਚ ਆ। ਅਸੀਂ ਤਾਂ ਪਹਿਲੀ ਗੱਲ ਰੰਧਾਵਾ ਸਾਹਿਬ, ਅਸੀਂ ਉਸੇ ਦਿਨ ਇਹ ਸਵਾਲ ਉਠਾਇਆ ਸੀ ਕਿ ਜਦੋਂ ਡੈਲੀਗੇਟ ਵੋਟਾਂ ਪਾ ਕੇ ਚਲੇ ਗਏ, ਡੈਲੀਗੇਟਾਂ ਨੇ ਆਪਣਾ ਪ੍ਰਧਾਨ ਚੁਣ ਲਿਆ ਜੀ, ਪਹਿਲੀ ਗੱਲ ਕਿ ਅੰਦਰ ਡੈਲੀਗੇਟਾਂ ਨੇ ਸਿਰਫ ਹੱਥ ਹੀ ਖੜੇ ਕੀਤੇ ਕਿ ਇਹ ਤੋਂ ਵੱਧ ਵੀ ਕੁਛ ਕੀਤਾ ਜੀ? ਜੀ, ਹੱਥ ਖੜੇ ਕੀਤੇ, ਠੀਕ ਆ ਜੀ, ਪ੍ਰਵਾਨ ਜੀ, ਜੋ ਆਪਣਾ ਪੇਸ਼ਕਸ਼ ਹੋਈ ਤੋਤਾ ਸਿੰਘ ਹੋਰਾਂ ਵੱਲੋਂ, ਅਤੇ ਬਾਕੀ ਤਾਈਦ ਹੋਈ, ਤਾਈਦ ਮਜੀਦ ਹੋਈ, ਜੈਕਾਰਿਆਂ ਦੀ ਗੂੰਜ 'ਚ ਪ੍ਰਵਾਨਗੀ ਮਿਲ ਗਈ ਜੀ। ਹੁਣ ਸਵਾਲ ਇਹ ਆ ਕਿ ਉਸ ਤਰੀਕ ਤੱਕ, 14 ਦਸੰਬਰ ਤੱਕ ਦੀਆਂ ਤੁਸੀਂ ਸਾਰੀਆਂ ਅਖਬਾਰਾਂ, ਸਾਰੇ ਹੀ ਚੈਨਲ ਜਿਹੜੇ ਆ ਇੱਕ ਵਾਰੀ ਖੋਲ੍ਹ ਕੇ ਦੇਖੋ, ਇਹਨਾਂ ਢੀਂਡਸੇ ਹੋਰਾਂ ਨੇ ਜਾਂ ਸੇਵਾ ਸਿੰਘ ਸੇਖਵਾਂ ਨੇ ਜਾਂ ਰਤਨ ਸਿੰਘ ਅਜਨਾਲਾ ਨੇ ਜਾਂ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਜੀ ਆਵਾਜ਼ ਕੱਢੀ ਆ 14 ਦਸੰਬਰ ਤੋਂ ਬਾਅਦ ਵਿੱਚ ਜੀ। ਲੇਕਿਨ ਸਵਾਲ ਦੇਖਣ ਵਾਲਾ ਇਹ ਬਣਦਾ ਕਿ ਜਦੋਂ ਪਾਰਟੀਆਂ ਦੇ ਪ੍ਰਧਾਨਾਂ ਦੀ ਚੋਣ ਹੁੰਦੀ ਆ, ਕੀ ਉਹ ਪ੍ਰਕਿਰਿਆ ਰਾਤੋ ਰਾਤ ਹੀ ਮੁਕੰਮਲ ਹੋ ਜਾਂਦੀ ਹੈ? ਨਾ 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 ਨਾ, ਉਹ ਤਾਂ ਘੱਟੋ ਘੱਟ 6 ਮਹੀਨੇ ਪੁਰਾਣੀ ਹੋਊ, ਘੱਟੋ ਘੱਟ। ਸਾਡੇ ਸਾਹਮਣੇ ਆ ਭਾਜਪਾ ਦੇ ਪੰਜਾਬ ਦੀ, ਪੰਜਾਬ ਪ੍ਰਧਾਨ ਦੀ ਚੋਣ ਹੋਣੀ ਆ ਜੀ। ਮੇਰਾ ਖਿਆਲ ਆ ਕਿ ਜੁਲਾਈ ਤੋਂ ਲੈ ਕੇ ਹੁਣ ਤੱਕ ਨਿਰੰਤਰ ਕਨਸੋਆਂ ਆ ਰਹੀਆਂ ਨੇ ਕਿ ਪ੍ਰਧਾਨ ਆ, ਪ੍ਰਧਾਨ ਆ, ਪ੍ਰਧਾਨ ਆ। ਕਦੀ ਕਿਹਾ ਜਾਂਦਾ ਜੀ ਕਿ ਜੇ ਪਹਿਲਾਂ ਭਰਤੀ ਹੋਈ, ਭਰਤੀ ਤੋਂ ਬਾਅਦ ਕਿਹਾ ਗਿਆ ਜੀ ਹੁਣ ਸਾਡੇ ਆ ਗਏ ਥੱਲੇ ਜਿਹੜਾ ਨੈੱਟਵਰਕ ਬਣਦਾ ਪਿਆ ਜੀ, ਉਹ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਕਿ ਹੁਣ ਪ੍ਰਧਾਨ ਜਿਹੜਾ ਸਾਡਾ ਸਾਹਮਣੇ ਆਵੇਗਾ। ਅੱਛਾ, ਉਹੀ ਹਾਲ ਯੂਥ ਕਾਂਗਰਸ ਦਾ ਹੋਇਆ। ਉਹਨਾਂ ਨੇ ਵੀ ਡੈਮੋਕ੍ਰੈਟਿਕ ਤਰੀਕੇ ਨਾਲ ਚੁਣਿਆ, ਡੈਮੋਕ੍ਰੈਟਿਕ ਹੋਈ, ਉਹਨਾਂ ਨੇ ਵੋਟਾਂ ਪਵਾਈਆਂ ਨੇ ਬਕਾਇਦਾ ਜੀ, ਔਰ ਕਈ ਜਗ੍ਹਾ 'ਤੇ ਉਹਨਾਂ ਦੀ ਵੋਟਾਂ ਪੈਂਦੇ ਆ ਵੀ, ਆਪਸੀ ਝੜੱਪਾਂ ਹੋਈਆਂ ਨੇ ਕਿ ਇੱਥੇ ਜਾਲੀ ਵੋਟ ਪੈਣ ਦੀ ਆ। ਸਰਦਾਰ ਸਾਹਿਬ, ਉਹ ਜਿਹੜੀ ਜਿਹਨੂੰ ਅੰਤਰੀਵ ਡੈਮੋਕ੍ਰੇਸੀ ਹੁੰਦੀ ਜੀ, ਜਿਹਨੂੰ ਕਹਿੰਦੇ ਆ ਕਿ ਅੰਦਰਲੀ, ਅੰਦਰਲੀ, ਉਹਦੇ ਵਿੱਚ ਉਹ ਨਾ ਬਕਾਇਦਾ ਅਬਜ਼ਰਵਰ ਲਾਏ। ਬਿਲਕੁਲ। ਔਰ ਚੋਣ ਨਿਰੀਖਕ ਲਾਏ। ਹਾਂ, ਮੈਂ ਹੁਣ ਗੱਲ ਆ ਮੁੱਦੇ 'ਤੇ ਆਵਾਂ ਜੀ ਕਿ ਜਿਹੜੇ ਸ਼ਰੀਕ ਇਹ ਸੋਚ ਕੇ
ਕਿ ਇਹ ਵੇਲਾ ਵਿਆਹ ਚੁੱਕੇ ਬਾਹਰ ਕਰਤੇ ਹਾਂ ਜਾਂ ਬਾਹਰ ਹੋ ਗਏ ਉਹਨਾਂ ਨੂੰ ਤਵੱਜੋ ਹੀ ਨਹੀਂ ਦਿੱਤੀ ਕਿ ਸਾਡੇ ਕੋਲ ਤਾਂ ਯੂਥ ਬ੍ਰਿਗੇਡ ਆ ਜੀ ਸਾਡੇ ਕੋਲ ਤਾਂ ਨੌਜਵਾਨ ਖੂਨ ਹੈ ਅਸੀਂ ਕੀ ਪਰਵਾਹ ਕਰਦੇ ਹਾਂ ਹਾਂ ਅਗਲਿਆਂ ਨੇ ਉਹੋ ਹੀ ਪੁਰਾਣੀ ਕਹਾਵਤ ਕਿ ਜਦੋਂ ਬਰਾਤ ਵੱਜ ਜੇ ਹਾਂ ਛਡਾਉਣ ਵਾਲਾ ਕੋਈ ਸਿਆਣਾ ਹੁੰਦਾ ਛਡਾਉਣ ਵਾਲਾ ਸਿਆਣਾ ਹੁੰਦਾ ਫਿਰ ਤੇ ਹੁਣ ਉਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ ਪੂਰੇ ਪੰਜਾਬ ਦਾ ਭ੍ਰਮਣ ਕਰਕੇ ਡੈਲੀਗੇਟ ਲੱਭਾਂਗੇ ਇੱਕ ਹੋਰ ਸਵਾਲ ਬਹੁਤ ਅਹਿਮ ਖੜਾ ਕਰਤਾ ਉਹਨਾਂ ਜੀ ਦੇਖੋ ਬਹੁਤ ਅੰਦਰ ਦੀ ਖਬਰ ਇਹ ਆ ਅੱਛਾ ਕਿ ਜਿਹੜਾ ਸਵਾਲ ਪੁੱਛਿਆ ਜਾਊਗਾ ਜੀ ਉਹ ਇਹ ਆ ਕਿ ਸੁਖਬੀਰ ਸਿੰਘ ਬਾਦਲ ਕਿਹੜੇ ਸੰਵਿਧਾਨ ਵਾਲੇ ਦਲ ਦੇ ਪ੍ਰਧਾਨ ਬਣਿਆ ਕਿ ਜਿਹਦੇ ਅਨੁਸਾਰ ਇਹ ਮੈਂਬਰ ਪਾਰਲੀਮੈਂਟ ਔਰ ਵਿਧਾਨ ਸਭਾ ਦੀ ਅਸੈਂਬਲੀ ਦੇ MLAs ਦੀ ਚੋਣ ਕਰਦੇ ਜੀ ਜਿਹਦੇ ਤਹਿਤ ਟਿਕਟਾਂ ਅਸੈਂਬਲੀ ਵਾਲੀਆਂ ਵੰਡਦੇ ਕਿ ਜਾਂ ਜਿਹੜੇ ਤਹਿਤ ਸ਼੍ਰੋਮਣੀ ਕਮੇਟੀ ਮੈਂਬਰਾਂ ਦੀਆਂ ਟਿਕਟਾਂ ਵੰਡਦੇ ਕਿ ਧਾਰਮਿਕ ਖੇਤਰ ਦੇ ਦਲ ਦੇ ਪ੍ਰਧਾਨ ਨੇ ਜੀ ਜਾਂ ਭਾਰਤੀ ਚੋਣ ਕਮਿਸ਼ਨ ਕੋਲ ਰਜਿਸਟਰਡ ਜਿਹੜੀ ਪ੍ਰਣਾਲੀ ਹੈ ਬਿਲਕੁਲ ਸੋ 99 ਚ ਜਿਹੜਾ ਇਹਨਾਂ ਨੇ ਆਪਣੇ ਨੂੰ ਰਜਿਸਟਰ ਕਰਾਇਆ ਧਰਮ ਨਿਰਪੱਖ ਪਾਰਟੀ ਵਜੋਂ ਸੋ ਚੋਣ ਕਮਿਸ਼ਨ ਕੋਲ ਸ਼ਾਇਦ ਇਹ ਵੀ ਪੁੱਛ ਲਿਆ ਜਾਵੇ ਕਿ ਕਿਉਂਕਿ ਇਹ ਕੋਰਟ ਦਾ ਵੀ ਮਸਲਾ ਅਜੇ ਜੀ ਤੇ ਕੋਰਟ ਦੀ ਪ੍ਰੋਸੀਡਿੰਗਸ ਅਜੇ ਚੱਲਦੀਆਂ ਨੇ ਬਿਲਕੁਲ ਬਿਲਕੁਲ ਤੇ ਕੀ ਇਹ ਦੋਨਾਂ ਦੇ ਵਿੱਚੋਂ ਕਿਹੜੇ ਸੰਵਿਧਾਨ ਦੇ ਅੰਤਰਗਤ ਸੁਖਬੀਰ ਸਿੰਘ ਬਾਦਲ ਦੀ ਤੀਜੀ ਵਾਰ ਤਾਜਪੋਸ਼ੀ ਹੋਈ ਆ ਜੀ ਅਸੀਂ ਪਹਿਲੇ ਦਿਨ ਹੀ ਰੰਧਾਵਾ ਸਾਹਿਬ ਇਹ ਸਵਾਲ ਉਠਾਇਆ ਸੀ ਕਿ ਜਦੋਂ ਤੇਜਾ ਸਿੰਘ ਸਮੁੰਦਰੀ ਹਾਲ ਦੀ ਚੋਣ ਕੀਤੀ ਗਈ ਜੀ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਰਜਿਸਟਰਡ ਪ੍ਰਬੰਧਕੀ ਅਦਾਰਾ ਆ ਦਫ਼ਤਰ ਆ ਜਿਹੜਾ ਕਿ ਬਕਾਇਦਾ ਸਿੱਖ ਗੁਰਦੁਆਰਾ ਜਿਹੜਾ ਐਕਟ 1925 ਆ ਉਹਦੇ ਅਨੁਸਾਰ ਬਕਾਇਦਾ ਸਰਕਾਰ ਦੇ ਸੰਵਿਧਾਨ ਦੇ ਵਿੱਚ ਕਿਤੇ ਨਾ ਕਿਤੇ ਉਹਦੀਆਂ ਗਜ਼ਟ ਦੇ ਵਿੱਚ ਸ਼ਾਮਲ ਹੈ ਸ਼੍ਰੋਮਣੀ ਕਮੇਟੀ ਦੀ ਚਿੱਠੀ ਜਿਹੜੀ ਆ ਉਹ 'ਤੇ ਲਿਖਿਆ ਹੁੰਦਾ ਮੁੱਖ ਦਫ਼ਤਰ ਗੱਲ ਸੁਣੋ ਸਰਦਾਰ ਸਾਹਿਬ ਜੀ ਬਈ ਜਿਹੜੀ ਸੰਸਥਾ ਆਈ ਐਕਟ ਅਧੀਨ ਹੋਂਦ 'ਚ ਜੀ ਜਿਹੜੀ ਹੈ ਹੀ ਸੰਵਿਧਾਨਿਕ ਹੈ ਬਿਲਕੁਲ ਉਹਦਾ ਇੱਕ ਰਜਿਸਟਰਡ ਦਫ਼ਤਰ 'ਤੇ ਹੋਣਾ ਹੀ ਬਿਲਕੁਲ ਔਰ ਜਦੋਂ ਔਰ ਫਿਰ ਸ਼੍ਰੋਮਣੀ ਕਮੇਟੀ ਦਾ ਅਜਲਾਸ ਜਿੱਥੇ ਹੋ ਰਿਹਾ ਜਿੱਥੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਚੁਣੇ ਜਾਂਦੇ ਜੀ ਉਹੀ ਜਗ੍ਹਾ 'ਤੇ ਜੇ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾ ਰਿਹਾ ਜੀ ਇਹਦਾ ਮਤਲਬ ਹੈ ਕਿ ਇਹ ਉਸ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾ ਰਿਹਾ ਜਿਹੜਾ ਧਾਰਮਿਕ ਮਾਨਤਾਵਾਂ ਵਾਲਾ ਜਿਹੜਾ ਗੁਰਦੁਆਰਾ ਚੋਣ ਕਮਿਸ਼ਨ ਕੋਲ ਰਜਿਸਟਰਡ ਹੋਊਗਾ ਜਿਹੜਾ ਗੁਰਦੁਆਰਾ ਚੋਣ ਕਮਿਸ਼ਨ ਨੂੰ ਜਿਹੜਾ ਉਹ ਚਿੱਠੀ ਪੱਤਰ ਕਰਦਾ ਹੈ ਸਵਾਲ ਇਹ ਵੀ ਪੁੱਛਿਆ ਜਾਏਗਾ ਜੀ ਕਿ ਜੇ ਸ਼੍ਰੋਮਣੀ ਕਮੇਟੀ ਦਾ ਜਿਹੜੇ ਸ਼੍ਰੋਮਣੀ ਕਮੇਟੀ ਦੇ ਟਿਕਟਾਂ ਦੇਣ ਵਾਲਾ ਪ੍ਰਧਾਨ ਚੁਣਿਆ ਗਿਆ ਜੀ ਅਤੇ ਕੀ ਫਿਰ ਉਹ ਸਾਰੇ ਪ੍ਰਧਾਨ ਸਮੇਤ ਬਾਕੀ ਸਾਰੇ ਡੈਲੀਗੇਟ ਜਿਹੜੇ ਨੇ ਉਸ ਪਰਿਭਾਸ਼ਾ ਤੇ ਖਰੇ ਉਤਰਦੇ ਨੇ ਨਹੀਂ ਸਰਦਾਰ ਸਾਹਿਬ ਕਿ ਅਕਾਲੀ ਦਲ ਦਾ ਪ੍ਰਧਾਨ ਤੇ ਅਹੁਦੇਦਾਰ ਇਹ ਸਵਾਲ ਅੰਮ੍ਰਿਤਧਾਰੀ ਹੋਣਗੇ ਇਹ ਸਵਾਲ ਹੁਣ ਦੂਜੇ ਨੰਬਰ ਤੇ ਲਿਆਓ ਪਹਿਲਾਂ ਇਹ ਪੁੱਛ ਲਈਏ ਜੀ ਕਿ ਪ੍ਰਧਾਨ ਜੀ ਪਤਾ ਨਹੀਂ ਤੁਸੀਂ ਸਾਨੂੰ ਸੁਣਦੇ ਕਿ ਨਹੀਂ ਸੁਣਦੇ ਜਦੋਂ ਅਸੀਂ ਚਾਹੁੰਦੇ ਹਾਂ ਅਸੀਂ ਤਾਂ ਅਕਾਲੀ ਦਲ ਦਾ ਭਲਾ ਚਾਹੁੰਦੇ ਬਿਲਕੁਲ ਤੇ ਇੰਝ ਲੱਗਦਾ ਹੈ ਕਿ ਅਸੀਂ ਜਿੱਦਾਂ ਨਾ ਜੀ ਪ੍ਰਧਾਨ ਜੀ ਨੂੰ ਸਲਾਹ ਦਿੰਦੇ ਹਾਂ ਹੁਣ ਸਲਾਹ ਨਹੀਂ ਦੇ ਰਹੇ ਕਿ ਜਦੋਂ ਤੁਸੀਂ ਤੀਜੀ ਵਾਰੀ ਪ੍ਰਧਾਨ ਚੁਣੇਗੇ ਜੀ ਲੱਡੂ ਲੁੱਡੂ ਵੀ ਖਾਧੇ ਗਏ ਅੱਛਾ ਤੇ ਉਸ ਤੋਂ ਬਾਅਦ ਗੋਈਆਂ ਸੰਭਾਲੀਆਂ ਗਈਆਂ ਉਸ ਤੋਂ ਬਾਅਦ ਬੜਕਾਂ ਵੀ ਮਾਰ ਲਈਆਂ ਪਟਿਆਲੇ 'ਚ ਦਸਤਾਰ ਵੀ ਲਈ ਗਈ ਹਾਂਜੀ ਹੁਣ ਗੱਲ ਇਹ ਆ ਕਿ ਜਦੋਂ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣਨ ਵਾਲੀ ਸੰਸਥਾ ਦੇ ਪ੍ਰਧਾਨ ਬਣ ਗਏ ਜੀ ਤੇ ਕੀ ਹੁਣ ਫਿਰ ਤੁਸੀਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਬਣ ਹੀ ਲਓ ਅਜੇ ਉਹ 2022 ਤਾਂ ਦੂਰ ਆ ਜੀ ਉਦੋਂ ਤੱਕ ਫਿਰ ਚੇਂਜ ਕਰ ਲਿਓ ਦਾੜੇ ਪ੍ਰਕਾਸ਼ ਹੋਣ ਅੱਛਾ ਠੀਕ ਹੈ ਜੀ ਲੇਕਿਨ ਵੈਸੇ ਅਕਾਲੀ ਦਲ ਦੇ ਪ੍ਰਧਾਨ ਅਜੇ ਤੱਕ ਜਿਹੜੇ ਆ ਉਹ ਦਾੜੇ ਖੁੱਲੇ ਵਾਲੇ ਸੀ ਬਿਲਕੁਲ ਸਾਰੇ ਠੀਕ ਹੈ ਜੀ ਉਹ ਤੁਹਾਡਾ ਸਵਾਲ ਬੜਾਇਆ ਮੈਂ ਉਹਦੇ ਸੰਵਿਧਾਨ ਦੇ ਵਿੱਚ ਹੈ ਜੀ ਕਿ ਦਾੜਾ ਪ੍ਰਕਾਸ਼ ਹੋਣਾ ਚਾਹੀਦਾ ਜੀ ਬਕਾਇਦਾ ਸ੍ਰੀ ਸਾਹਿਬ ਉੱਤੋਂ ਦੀ ਪਾਵੇ ਲੇਕਿਨ ਮੈਂ ਪੰਜ ਕੰਕਾਰ ਦੇਖੋ ਅੰਮ੍ਰਿਤਧਾਰੀ ਹੋਵੇ ਪੰਜ ਕੰਕਾਰਾਂ ਦਾ ਧਾਰਨ ਹੀ ਹੋਵੇ ਔਰ ਸ੍ਰੀ ਸਾਹਿਬ ਜਿਹੜੀ ਆ ਉੱਪਰੋਂ ਦੀ ਪਾਵੇ ਔਰ ਤੀਸਰੀ ਜਿਹੜੀ ਇਸ ਤੋਂ ਵੀ ਅਹਿਮ ਹੈ ਕਿ ਜਿੰਨੇ ਵੀ ਜਿਹੜੇ ਜਿਸ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾ ਰਹੀ 1920 ਵਾਲੇ ਦੀ ਉਹਦੇ ਪ੍ਰਧਾਨ ਜਿਹੜੇ ਨੇ ਉਹ ਆਪਣੇ ਹੱਥ 'ਚ 3 ਫੁੱਟੀ ਕਿਰਪਾਨ ਜਿਹੜੇ ਸਨ ਰੱਖਦੇ ਇਹ ਰਵਾਇਤ ਰਹੀ ਹੈ ਰਵਾਇਤ ਰਹੀ ਹੈ ਵੈਸੇ ਮੈਂ ਮਾਫ਼ੀ ਮੰਗ ਲਵਾਂ ਕਿਉਂਕਿ ਮੇਰੀ ਵੀ ਕੋਈ ਜਿਹੜੀ ਸ਼ਕਲ ਸੂਰਤ ਆ ਇਸ ਸਿੱਖ ਸਿਆਸਤ ਨੂੰ ਡਿਸਕਸ ਕਰਨ ਵਾਲੀ ਨਹੀਂ ਲੇਕਿਨ ਇੱਕ ਸਾਡਾ ਜਿਹੜਾ ਸ਼ੋਭਾ ਹੈ ਸਾਡਾ ਕਸਬ ਹੈ ਸਾਡਾ ਕਿੱਤਾ ਹੈ ਇਹਦੇ ਵਿੱਚ ਮੇਰੇ ਖਿਆਲ ਸਾਨੂੰ ਕੋਈ ਜਿਹੜਾ ਵਾ ਉਹ ਛੱਡਣਾ ਨਹੀਂ ਚਾਹੀਦਾ ਮੁੱਦਾ ਗੱਲ ਆ ਕਿ ਜੋ ਕੁਛ ਤੁਹਾਡੇ ਤੋਂ ਜੋ ਆਸ ਕੀਤੀ ਜਾਂਦੀ ਹੈ ਉਹ ਆ ਜੀ ਕਿ ਤੁਸੀਂ ਕੋਈ ਜਿਹੜਾ ਤੱਥ ਆ ਉਹਨੂੰ ਸਾਹਮਣੇ ਰੱਖ ਰਹੇ ਹੋ ਜੀ ਠੀਕ ਹੈ ਜੀ ਉਹਦੇ 'ਚ ਕੁਤਾਹੀ ਕਰੀਦੀ ਨਹੀਂ ਅਸੀਂ ਦੇਖੋ ਅਸੀਂ ਜਿਸ ਸ਼ੋਭੇ ਲਈ ਜਾਣੇ ਜਾਂਦੇ ਹਾਂ ਜੀ ਸਾਨੂੰ ਅਗਰ ਕੱਲ੍ਹ ਨੂੰ ਕਿਸੇ ਮੰਦਰ ਦੇ ਵਿੱਚ ਕੋਈ ਮੰਦਰ ਕਮੇਟੀ ਦਾ ਹੋਵੇਗਾ ਤਾਂ ਅਸੀਂ ਉਹਦੇ ਨੁਕਤੇ ਵੀ ਵੇਖਣੇ ਨੇ ਜੀ ਅਸੀਂ ਕਿਸੇ ਇਸਲਾਮ ਦੇ ਨਾਲ ਕੋਈ ਜੁੜਿਆ ਨੁਕਤਾ ਅਸੀਂ ਉਹਦੇ 'ਤੇ ਵੀ ਗੱਲ ਕਰਦੇ ਹਾਂ ਸੋ ਇਹ ਨਹੀਂ ਹੈ ਅਸੀਂ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਇਹ ਤੋਂ ਅੱਛਾ ਸਰਦਾਰ ਸਾਹਿਬ ਜਿਹੜਾ ਇਹ ਸੰਕਟ ਬਣ ਗਿਆ ਜੀ ਦੇਖੋ ਵੈਸੇ ਤਾਂ ਸਿਆਣਪ ਬਹੁਤ ਹੈ
ਜੀ ਮਤਲਬ ਪ੍ਰਧਾਨ ਜੀ ਦੇ ਆਲੇ ਦੁਆਲੇ ਇੰਨੀ ਸਿਆਣਪ ਹੈ ਕਿ ਰੋਜ਼ ਉਹਨਾਂ ਨੂੰ ਕਿਸੇ ਝਮੇਲੇ 'ਚ ਫਸਾ ਲੈਂਦੀ ਹੈ। ਡੁੱਲ ਡੁੱਲ ਪੈਂਦੀ ਸਿਆਣਪ, ਮੈਂ ਕਿਹਾ ਡੁੱਲ ਡੁੱਲ ਕੀ ਜੀ ਛਲਕਾ ਮਾਰਦੀ ਹੈ। ਲੇਕਿਨ ਕਾਰਨ ਇਹ ਆ ਕਿ ਇਹ ਸਵਾਲ ਤੁਹਾਡਾ ਜਿਹੜਾ ਤੁਸੀਂ ਉਠਾਇਆ ਕਿ ਹੁਣ ਪ੍ਰਧਾਨ ਜੀ ਨੂੰ ਇਸ ਪਾਸਿਓਂ ਘੇਰਨ ਦੀ ਤਿਆਰੀ ਹੈ ਜੀ, ਔਰ ਅਜਿਹੇ ਸਮੇਂ ਵਿੱਚ ਇਹ ਵੇਖਣਾ ਵੀ ਜ਼ਰੂਰੀ ਬਣਦਾ ਜੀ ਕਿ ਜਦੋਂ ਹੁਸ਼ਿਆਰਪੁਰ ਦੀ ਅਦਾਲਤ ਨੇ 4 ਨਵੰਬਰ ਨੂੰ ਇੱਕ ਫੈਸਲਾ ਜਾਰੀ ਕੀਤਾ ਸੀ ਜੀ ਕਿ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਇਹਨਾਂ ਦੇ ਜਨਰਲ ਸਕੱਤਰ ਜਿਹੜੇ ਨੇ ਬੁਲਾਰੇ ਨੇ ਡਾਕਟਰ ਦਲਜੀਤ ਸਿੰਘ ਚੀਮਾ, ਉਹਨਾਂ ਦੇ ਉੱਤੇ ਇਹ ਦੋਸ਼ ਲੱਗਾ ਸੀਗਾ, ਉਹਨਾਂ ਨੂੰ ਦੋਸ਼ੀ ਅਦਾਲਤ ਨੇ ਲਿਖਿਆ। ਭਾਵੇਂ ਕਿ ਸਰਦਾਰ ਸਾਹਿਬ ਉਹ ਉੱਪਰਲੀ ਅਦਾਲਤ 'ਚੋਂ ਸਟੇ ਹੋਇਆ, ਸਟੇ ਹੋ ਗਿਆ, ਲੇਕਿਨ ਤੁਹਾਡੀ ਗੱਲ ਠੀਕ, ਮਸਲਾ ਉੱਥੇ ਖੜਾ ਆ ਕਿ 2009 ਦੇ ਵਿੱਚ ਜਿਹੜੀ ਪਟੀਸ਼ਨ ਸਰਦਾਰ ਬਲਵੰਤ ਸਿੰਘ ਖੇੜਾ ਅਤੇ ਉਹਦੇ ਸਾਥੀਆਂ ਨੇ ਪਾਈ ਸੀ ਕਿ ਇਸ ਪਾਰਟੀ ਦੇ 2 ਸੰਵਿਧਾਨ ਨੇ ਔਰ ਉਹਨਾਂ ਦੋਨਾਂ ਸੰਵਿਧਾਨਾਂ ਨੂੰ ਤਸਦੀਕ ਕਰਨ ਲਈ ਜੋ ਅਦਾਲਤ ਦੇ ਵਿੱਚ ਗਵਾਹ ਵਜੋਂ ਪੇਸ਼ ਹੁੰਦੇ ਨੇ ਉਹ ਜਾਂ ਤਾਂ ਭਾਰਤ ਦਾ ਚੋਣ ਕਮਿਸ਼ਨ ਹੈ ਜਾਂ ਸਿੱਖ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਨੁਮਾਇੰਦਾ, ਦੋਨੇ ਨੇ ਉਹ ਸਰਕਾਰੀ ਨੇ, ਦਸਤਾਵੇਜ਼ਾਂ ਸਹਿਤ ਆਏ ਨੇ, ਉਹਨਾਂ ਦੀ ਜਿਹੜੀ ਹਕੀਕਤ ਬਿਆਨੀ ਗਈ ਆ ਜੋ ਦਸਤਾਵੇਜ਼ ਨੇ ਉਹਨਾਂ ਨੂੰ ਤੁਸੀਂ ਅੱਖੋ ਪਰੋਖੇ ਨਹੀਂ ਕਰ ਸਕਦੇ। ਅੱਛਾ ਸਰਦਾਰ ਸਾਹਿਬ, ਕਿੱਡਾ ਪਰਿਸਥਿਤੀਆਂ ਦਾ ਵਿਅੰਗ ਕਿੱਡਾ ਹੈ ਜੀ ਕਿ ਜਦੋਂ ਮੁਸੀਬਤ ਆਉਂਦੀ ਕਿੰਨੀ ਥਾਂ ਤੋਂ ਇਕੱਠੀ ਆ ਜਾਂਦੀ। ਬਿਲਕੁਲ, ਹੁਣ ਇੱਕ ਪਾਸੇ ਤੇ ਲੋਕ ਮਨਾਂ 'ਚ ਸਾਡੀ ਜਿਹੜੀ ਭਰੋਸੇਯੋਗਤਾ ਜੀ ਉਹ ਦਾਅ 'ਤੇ ਲੱਗੀ ਪਈ ਜੀ, ਬਿਲਕੁਲ ਠੀਕ, ਪ੍ਰਧਾਨ ਸਾਹਿਬ ਨੂੰ ਇਹ ਫੇਸ ਕਰਨਾ ਪੈ ਰਿਹਾ ਜੀ ਕਿ ਅਸੀਂ ਸਿੱਖਾਂ ਦੇ ਨੁਮਾਇੰਦੇ ਅਕਾਲੀ ਦਲ ਵਾਲੇ ਹੈ ਕਿ ਨਹੀਂ ਹੈ। ਬਿਲਕੁਲ, ਲੋਕ ਮਨਾਂ 'ਚ ਇਹ ਦੁਬਧਾ ਹੈ ਕਿ ਕੀ ਇਹ ਸਾਡੀਆਂ ਜਿਹੜੀਆਂ ਰਵਾਇਤਾਂ ਪਰੰਪਰਾਵਾਂ ਸੀ ਉਹਦੇ ਹਾਣ ਦੇ ਹੈਗੇ ਕਿ ਨਹੀਂ। ਬੇਅਦਬੀ ਮਾਮਲੇ ਜਿਉਂ ਦੇ ਤਿਉਂ ਖੜਿਆ, ਅੱਜ ਤੱਕ ਅਜੇ ਲੋਕਾਂ ਦੇ ਵਿੱਚੋਂ ਇਸ ਬੇਗਾਨਗੀ ਦੀ ਭਾਵਨਾ ਨਹੀਂ ਗਈ ਕਿ ਇਹ ਸਾਡੇ ਨਹੀਂ ਜੀ। ਹੁਣ ਸਵਾਲ ਦੂਜਾ ਨਾਲ ਖੜਾ ਹੋ ਗਿਆ ਕਿ ਕੋਰਟ ਦੇ ਵਿੱਚ ਵੀ ਪ੍ਰੂਵ ਕਰਨਾ ਪੈ ਰਿਹਾ ਕਿ ਯਾਰ ਅਸੀਂ ਕੀ ਹੈ, ਅਸੀਂ ਧਰਮ ਨਿਰਪੱਖ ਹੈ ਜਾਂ ਅਸੀਂ ਧਰਮ ਹੀ ਹੈ। ਬਿਲਕੁਲ, ਦੇਖੋ ਜਦੋਂ ਤੁਸੀਂ ਧਰਮ ਨਿਰਪੱਖ ਹੋ ਜੀ, ਜਦੋਂ ਤੁਸੀਂ ਇਹ ਜਦੋਂ ਤੁਹਾਡੇ ਜਿਹੜੇ ਅਹੁਦੇਦਾਰ ਨੇ ਉਹ ਈਸਾਈ ਭਾਈਚਾਰੇ ਨਾਲ ਵੀ ਸੰਬੰਧਿਤ ਨੇ ਜੀ, ਤੁਹਾਡੇ ਅਹੁਦੇਦਾਰ ਜਿਹੜੇ ਨੇ ਉਹ ਸਨਾਤਨੀ ਮਤ ਨਾਲ ਵੀ ਸੰਬੰਧਿਤ ਨੇ ਜੀ, ਤੁਹਾਡੇ ਅਹੁਦੇਦਾਰ ਜਿਹੜੇ ਨੇ ਉਹ ਇਸਲਾਮ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਵੀ ਨੇ ਜੀ, ਚਾਹੇ ਉਹ ਇਧਾਰ ਆਲਮ ਸਨ ਚਾਹੇ ਕੋਈ ਹੋਰ ਸਨ। ਜਦੋਂ ਤੁਸੀਂ ਧਰਮ ਨਿਰਪੱਖ ਚਿਹਰਾ ਪੇਸ਼ ਕਰ ਰਹੇ ਹੋ ਤਾਂ ਤੁਹਾਡੇ ਕੋਲ ਇਹ ਸਾਰੇ ਨੇ, ਲੇਕਿਨ ਜਦੋਂ ਤੁਸੀਂ ਸ਼੍ਰੋਮਣੀ ਕਮੇਟੀ ਵਾਲਾ ਸੰਵਿਧਾਨ ਜਿਹੜਾ ਆ ਜੀ ਉਹ ਜਿਹੜਾ ਮੁੱਢਲਾ ਸੰਵਿਧਾਨ ਆ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਚੋਣ ਵਾਲਾ ਜਾਂ ਉਹਦਾ ਅਧਿਕਾਰ ਦੇਣ ਵਾਲਾ ਉਹਦੇ ਵਜੋਂ ਆ ਰਹੇ ਹੋ ਤਾਂ ਫਿਰ ਤੁਹਾਡੇ ਇਹ ਜਿਹੜੇ ਡੈਲੀਗੇਟ ਨੇ ਜਾਂ ਇਹ ਮੈਂਬਰ ਨੇ ਉਹ ਉੱਥੇ ਵਾਰਾ ਨਹੀਂ ਖਾਂਦੇ। ਹੁਣ ਉਹ ਸੰਕਟ ਤਾਂ ਸੀ, ਦਿਨ ਬ ਦਿਨ ਗਹਿਰਾਇਆ, ਅਤੇ ਨਵਾਂ ਸੰਕਟ ਇਹ ਖੜਾ ਹੋ ਗਿਆ ਕਿ ਸ਼ਰੀਕ ਜਿਹੜੇ ਕਦੇ ਆਪਣੇ ਅਗਲ ਬਗਲ ਸੀ ਜੀ, ਜਿਨ੍ਹਾਂ ਨਾਲ ਕਦੇ ਲੰਬੀ ਰੇਸ ਲਾਈ ਸੀ, ਇਕੱਠੇ ਤੁਰੇ ਸਾਂ, ਕਈ ਵਿਰੋਧੀ ਮਾਰੇ ਸੀ ਸਿਆਸੀ ਤੌਰ 'ਤੇ ਜੀ, ਅੱਜ ਹੁਣ ਉਹ ਸਾਹਮਣੇ ਖਲੋਤੇ, ਅੱਖਾਂ 'ਚ ਅੱਖਾਂ ਪਾਈ ਖੜੇ ਜੀ, ਸਾਡੀ ਕਮਜ਼ੋਰੀ ਵੀ ਜਾਣਦੇ ਆ ਜੀ, ਸਾਡੀ ਸਟਰੈਂਥ ਵੀ ਜਾਣਦੇ ਆ ਜੀ, ਉਹਨਾਂ ਨੇ ਸਭ ਤੋਂ ਪਹਿਲਾਂ ਸਾਡੀ ਕਮਜ਼ੋਰੀ ਫੜੀ। ਬਿਲਕੁਲ, ਔਰ ਅਜੇ ਜੇ ਇਹ ਇਸ ਰਾਹ 'ਤੇ ਤੁਰ ਪਏ ਜੀ ਅਤੇ ਰੰਧਾਵਾ ਸਾਹਿਬ ਇਸ ਤੋਂ ਖਤਰਨਾਕ ਵੀ ਇੱਕ ਰਸਤਾ ਜਿਹੜਾ ਕਿ ਜੀ ਉਹ ਜਿਹੜਾ ਵੱਡੀ ਸੜਕ ਜਰਨੈਲੀ ਸੜਕ ਬਣਨ ਵਾਲੇ ਪਾਸੇ ਨੂੰ ਹੁੰਦਾ ਜੀ, ਉਹ ਇਹ ਹੁੰਦਾ ਕਿ ਜਦੋਂ ਮੈਂਬਰਾਂ ਦੀ ਭਰਤੀ ਹੁੰਦੀ ਹੈ ਜੀ ਉਦੋਂ ਤਾਂ ਇਹੋ ਹੀ ਹੁੰਦਾ। ਸਾਡੇ ਕੋਲ ਬਹੁਤ ਸਾਰੇ ਲੋਕ ਐਸੇ ਨੇ ਸੱਜਣ ਨੇ ਜੀ ਜਿਹੜੇ ਕਹਿੰਦੇ ਵੀ ਬਸ ਦੁਖੀ ਹਿਰਦੇ ਨਾਲ ਕਹਿੰਦੇ ਯਾਰ 3,000 ਰੁਪਈਆ ਜਮ੍ਹਾਂ ਕਰਾਉਣਾ ਪੈ ਗਿਆ। ਇੱਕ ਦੋਸਤ ਨੇ ਕਿਹਾ ਸੀ ਮੈਂ ਕੀ ਹੋ ਗਿਆ ਐਡਾ ਕੀ ਖਤਰਨਾਕ ਹੋ ਗਿਆ, ਕਹਿੰਦਾ ਉਹ ਬਸ ਕਾਪੀ ਮਿਲੀ ਸੀ ਵੀ ਮੈਂਬਰ ਬਣਾ ਦਿਓ ਅਤੇ 3,000 ਰੁਪਈਆ ਦੇ ਦਿੱਤਾ ਅਤੇ ਬੰਦੇ ਨਹੀਂ ਲੱਭਣ ਡੇ। ਅਤੇ ਗੱਲ ਜਦੋਂ ਉਹ ਚੀਜ਼ਾਂ ਸਾਹਮਣੇ ਆਉਣਗੀਆਂ ਜੇ ਅਦਾਲਤ ਦੇ ਵਿੱਚ ਇਹ ਚੁਣੌਤੀ ਦਿੱਤੀ ਜਾਏਗੀ ਡੈਲੀਗੇਟ ਨੂੰ ਅਤੇ ਕੱਲ੍ਹ ਜੇ ਕਿਸੇ ਨੇ ਬਕਾਇਦਾ ਉਹ ਲਿਸਟ ਕਢਵਾ ਲਈ, ਲਿਸਟ ਵੀ ਤਾਂ ਜਨਤਕ ਕਰਨੀ ਪੈ ਸਕਦੀ ਹੈ। ਬਹੁਤ ਬਿਹਤਰ ਸਵਾਲ ਔਰ ਹੋਣਾ ਕੀ ਆ ਕਿ ਜਿਹੜੇ ਢੀਂਡਸਾ ਸਾਹਿਬ ਨੇ ਉਹ ਕਹਿਣਗੇ ਆ ਤੇ ਬੰਦੇ ਸਾਡੇ ਆ, ਮੈਂ ਕਹਿਣਗੇ ਸਾਡੇ ਆ। ਮੈਂ ਕਿਹਾ ਹੋਰ ਗੱਲ ਆ, ਕਈ ਵਾਰੀ ਸੰਕਟ ਇਸ ਤਰ੍ਹਾਂ ਦਾ ਵੀ ਆ ਜਾਂਦਾ ਜੀ, ਬੰਦੇ ਹੋਣਗੇ ਤੇ ਸਾਡੇ ਆ ਨਾ। ਬਿਲਕੁਲ, ਹੁਣ ਮੰਨ ਲਓ ਵੀ ਮੈਂ ਕਾਪੀ ਦੇ ਗਿਆ ਤੁਹਾਨੂੰ ਭਰਤੀ ਵਾਲੀ, ਅੱਛਾ ਅਤੇ ਤੁਸੀਂ ਕਿਹਾ ਵੀ ਯਾਰ ਕਾਹਦਾ ਕਲੇਸ਼ ਜਿਹਾ, ਕੁੱਤ ਕਲੇਸ਼ ਜਿਹਾ ਕਰਨਾ ਵੀ ਥਾਂ ਥਾਂ ਬੰਦਿਆਂ ਦੀ ਪਰਚੀ ਕਟਾਵਾਂਗੇ, ਅੱਛਾ ਅਤੇ ਲੀਡਰੀ ਕਰਨੀ ਆ ਅਤੇ 5-10-20 ਹਜ਼ਾਰ ਆਪਣੇ ਕੋਲੋਂ ਦਿੰਦੇ ਹਾਂ। ਜਿੱਦਾਂ ਨੀਲੇ ਕਾਰਡਾਂ ਦਾ ਚੱਕਰ ਪਿਆ ਸੀ ਵੀ ਕਈ ਮਰੇ ਵੀ ਜਿਹੜੇ ਉਹ ਵੀ ਰਾਸ਼ਨ ਖਾਈ ਜਾ ਰਹੇ ਆ, ਅਤੇ ਉਹ ਜਿਹੜੀ ਪਰਚੀ ਆ ਉਹ ਸੰਦੂਖਾਂ ਪਿੱਛੇ ਸੁੱਟ ਦਿਓ, ਅੱਛਾ ਅਤੇ ਪੈਸੇ ਪ੍ਰਧਾਨ ਜੀ ਨੂੰ ਉੱਤੇ ਜਮ੍ਹਾਂ ਹੋ ਗਏ, ਪ੍ਰਧਾਨ ਜੀ ਉਹਦੇ ਐਡਵਾਂਸ ਆ ਦਿੰਦੇ ਪੈਸੇ, ਹੈ ਨਾ ਜੀ, ਐਡਵਾਂਸ ਆ ਜਾਂਦੇ। ਬਿਲਕੁਲ, ਪੈਸੇ ਉੱਪਰ ਚਲੇ ਗਏ ਜੀ, ਉਹਨਾਂ ਦੇ ਕਾਗਜ਼ਾਂ 'ਚ ਭਰਤੀ ਹੋ ਗਈ। ਬਿਲਕੁਲ ਸਹੀ ਗੱਲ, ਅਤੇ ਮੰਨ ਲਓ ਜੇ ਆਪਣੇ ਢੰਗ ਨਾਲ ਹੀ ਕੋਈ ਪੁਰਾਣੀ ਵੋਟਰ ਲਿਸਟ ਫੜ ਕੇ ਭਰਤੀ ਕੀਤੀ ਹੋਈ ਕਿਸੇ ਨੇ, ਬਿਲਕੁਲ, ਤੇ ਜੇ ਇਸ ਚੀਜ਼ ਦੀ ਡਿਟੇਲ ਦੇ ਵਿੱਚ ਇਨਕੁਆਇਰੀ ਹੋ ਗਈ, ਬਿਲਕੁਲ, ਕਿਉਂਕਿ ਚੋਣ ਕਮਿਸ਼ਨ ਵੀ ਸੰਵਿਧਾਨਕ ਸੰਸਥਾ। ਆਖਿਰਕਾਰ ਜਿਹਨਾਂ ਨੇ ਇਹ ਨੁਕਤਾ ਉਠਾਇਆ ਆ
ਉਹ ਹੈ ਤਾਂ ਇਹਨਾਂ ਵਿੱਚੋਂ ਬਿਲਕੁਲ। ਰਹੀ ਗੱਲ ਪੰਜਾਬ ਦੇ ਕਿੰਨੇ ਕੁ ਜ਼ਿਲ੍ਹੇ ਨੇ, ਨਾ ਨਾ ਜੀ ਇੰਨਾ ਕੁ ਤੇ ਪੰਜਾਬ ਆ, ਐਡਾ ਕੁ ਪੰਜਾਬ ਇਹਨਾਂ ਛੱਡਿਆ ਕਿੱਥੇ? ਦੂਸਰੀ ਗੱਲ ਮੈਂ ਕੀ ਆਖਿਆ, ਪੰਜਾਬ ਛੱਡਿਆ ਕਿੱਥੇ? ਦੂਸਰੀ ਪਹਿਲਾਂ ਆਪਣੇ ਆਪਣੇ ਜੋਗਾ ਜੀ, ਉਹ ਕਹਿੰਦੇ ਹੁੰਦੇ ਨਾ ਕਿ ਲੋਕ ਕੁਰਸੀਆਂ ਦੇ ਹਿਸਾਬ ਨਾਲ ਵੱਡੇ ਹੋ ਜਾਂਦੇ, ਬਿਲਕੁਲ, ਕਈ ਬੰਦੇ ਕੁਰਸੀਆਂ ਵੱਡੀਆਂ ਕਰ ਲੈਂਦੇ ਜੀ, ਤੇ ਕਈ ਬੰਦੇ ਵੱਡੀਆਂ ਕੁਰਸੀਆਂ ਨੂੰ ਵੀ ਛੋਟਾ ਕਰ ਲੈਂਦੇ, ਬਿਲਕੁਲ। ਹੁਣ ਅਕਾਲੀਆਂ ਦੀ ਮੁਸ਼ਕਲ ਤੇ ਇਹ ਰਹੀ ਵੀ ਪੰਜਾਬ ਜਿਹੜਾ ਵੱਡਾ ਪੰਜਾਬ ਸੀ ਉਹਦੇ ਹਾਣ ਦੇ ਤੇ ਅਸੀਂ ਹੋ ਨਹੀਂ ਸਕਦੇ, ਮੈਨੂੰ ਲੱਗਦਾ ਆਪਣੇ ਹਾਣ ਦਾ ਪੰਜਾਬ ਕਰ ਲਿਆ। ਮੈਨੂੰ ਲੱਗਦਾ ਕਿ ਰੰਧਾਵਾ ਸਾਹਿਬ ਤੁਹਾਨੂੰ ਯਾਦ ਹੋਣਾ ਕਿ ਕੁਝ ਦਿਨ ਪਹਿਲਾਂ ਕਈ ਅਕਾਲੀ ਲੀਡਰਾਂ ਨੇ, ਬਾਦਲ ਦਲ ਦੇ ਲੀਡਰਾਂ ਨੇ ਇਹ ਬਿਆਨ ਦਿੱਤਾ ਸੀ ਜੀ ਕਿ ਢੀਂਡਸਾ ਸਾਹਿਬ ਤੇ ਸਾਡੇ ਮੈਂਬਰ ਹੀ ਨਹੀਂ ਦਿੱਤਾ ਸੀ, ਕਈਆਂ ਨੇ ਕਿਹਾ ਸੀ ਅਸੀਂ ਤੇ ਪਾਰਟੀ ਚੋਂ ਕੱਢ ਦਿੱਤੇ ਹੋਏ। ਮੈਂ ਕਿਹਾ ਬਲਦੇਵ ਸਿੰਘ ਮਾਨ ਨੇ ਹਾਂ ਆ ਸੰਗਰੂਰ ਦੇ ਵਿੱਚ ਦੋ ਤਿੰਨ ਦਿਨ ਪਹਿਲਾਂ ਦਿੱਤਾ ਵੀ ਅਸੀਂ ਤੇ ਪਾਰਟੀ ਚੋਂ ਕੱਢ ਦਿੱਤੇ ਹੋਏ ਨੇ, ਇਹੋ ਜਿਹੇ ਉਹਨਾਂ 10 ਰੁਪਏ ਦੀ ਪਰਚੀ ਨਹੀਂ ਕਟਾਈ, ਉਹ ਕਾਹਦੇ ਮੈਂਬਰ? 10 ਰੁਪਏ ਦੀ ਪਰਚੀ ਨਹੀਂ ਕਟਾਈ, ਉਹਨਾਂ ਬੁੱਢਲੇ ਮੈਂਬਰ ਹੀ ਨੇ ਜੀ। ਪਰ ਸਵਾਲ ਤੇ ਉਦੋਂ ਵੀ ਮੇਰੇ ਮਨ 'ਚ ਇਹ ਹੈਗਾ ਸੀ, ਮੈਂ ਬੋਲਿਆ ਨਹੀਂ ਸੀ, ਮੈਂ ਕਿਹਾ ਚਲੋ ਕੋਈ ਨਹੀਂ ਜੇ ਕੋਈ ਪ੍ਰਧਾਨ ਬਣ ਗਿਆ ਸਾਨੂੰ ਕੀ ਹੈ, ਕਿਸੇ ਦੇ ਘਰ ਖੁਸ਼ੀ ਹੁੰਦੀ ਅਸੀਂ ਸਾਨੂੰ ਖੁਸ਼ ਹੋਣਾ ਚਾਹੀਦਾ ਜੀ। ਲੇਕਿਨ ਹੁਣ ਸਵਾਲ ਆਉਂਦਾ ਕਿ ਜਿਹੜਾ ਸ਼ਖਸ ਤੁਹਾਡਾ ਮੈਂਬਰ ਹੀ ਨਹੀਂ ਹੈ 10 ਰੁਪਏ ਦੇ ਕੇ, ਉਹ ਰਾਜ ਸਭਾ ਦਾ ਮੈਂਬਰ ਕਿੱਦਾਂ ਅੱਜ? ਉੱਤੋਂ ਵੀ ਅਗਲਾ ਸਵਾਲ ਆ, ਜੇ ਇਸੇ ਚੀਜ਼ ਨੂੰ ਚੁਣੌਤੀ ਦੇ ਦੇਣ ਅਗਲੇ, ਹਾਂ ਵੀ ਮੈਂ ਪਿਛਲੇ 40-45 ਸਾਲ ਤੋਂ ਅਕਾਲੀ ਦਲ ਦੀ ਹਰ ਸਰਗਰਮੀ ਦਾ ਕੇਂਦਰ ਹਾਂ, ਬਿਲਕੁਲ, ਤੇ ਮੈਨੂੰ ਜਿਹੜੀ ਆ ਉਹ ਜਾਣ ਬੁੱਝ ਕੇ, ਕਿਉਂਕਿ ਮੈਂ ਪ੍ਰਧਾਨਗੀ ਦਾ ਕੈਂਡੀਡੇਟ ਹੋਣਾ ਸੀ ਜੀ ਜੀ, ਮੈਨੂੰ ਪਰਚੀ ਨਹੀਂ ਦਿੱਤੀ ਗਈ, ਹਾਂ ਮੈਨੂੰ ਅਕਾਲੀ ਦਲ ਦੀ ਚੋਣ ਪ੍ਰਕਿਰਿਆ 'ਚੋਂ ਪਾਸੇ ਰੱਖਿਆ ਗਿਆ ਜ਼ੋਰ ਜ਼ਬਰਦਸਤੀ ਜੀ, ਕਿਉਂਕਿ ਮੈਂ ਪ੍ਰਧਾਨਗੀ ਦੀ ਇਲੈਕਸ਼ਨ ਲੜਨੀ ਸੀ ਸੁਖਬੀਰ ਦੇ ਮੁਕਾਬਲੇ, ਨਹੀਂ ਤੇ ਚੁਣੌਤੀ ਨਹੀਂ, ਇਹ ਨਹੀਂ ਹੁੰਦਾ, ਇਹ ਕਿਹਾ ਜਾਏਗਾ ਕਿ ਮੇਰੇ ਨਾਲ ਵਿਸ਼ਵਾਸਘਾਤ ਕੀਤਾ ਗਿਆ, ਮੈਂ ਪੈਸੇ ਵੀ ਦਿੱਤੇ ਹੋਏ ਆ, ਕਿਉਂਕਿ ਸਿਆਸੀ ਪਾਰਟੀਆਂ ਦੇ ਜਿਹੜੇ ਫੰਡ ਨੇ ਨਾ ਰੰਧਾਵਾ ਸਾਹਿਬ, ਉਹਨਾਂ ਦਾ ਬਾਬਾ ਆਦਮ ਵੱਖਰਾ ਹੀ ਨਿਰਾਲਾ ਹੁੰਦਾ। ਮੈਂ ਕਿਹਾ ਸਰਦਾਰ ਜੀ ਉਹ ਗੱਲ ਆਪਣੀ ਜਗ੍ਹਾ, ਚਲੋ ਜੇ ਨੇਕ ਨੀਅਤੀ ਨਾਲ ਵੀ ਕਰਨ, ਹਾਂ ਉਂਝ ਤੇ ਤੁਸੀਂ ਆਪਣੇ ਕੋਲੋਂ ਕਹਿ ਦਿਓ ਜੀ, ਮੈਂ ਆਪਣੇ ਕੋਲੋਂ ਕਹਿਦਾ ਗੱਲ ਵੱਖਰੀ ਹੈ ਵੀ ਅਸੀਂ ਤੇ ਪੈਸੇ ਦਿੱਤੇ ਸਾਡੀ ਪਰਚੀ ਨਹੀਂ ਆਈ, ਹਾਂ ਨਹੀਂ ਇਹੋ ਕੁਝ ਹੀ ਹੁੰਦਾ। ਲੇਕਿਨ ਮੈਂ ਕਹਿੰਦਾ ਕਿ ਜੇ ਢੀਂਡਸਾ ਇਮਾਨਦਾਰੀ ਨਾਲ ਵੀ ਚੱਲਣ, ਬਿਲਕੁਲ, ਜਾਂ ਕੋਈ ਹੋਰ ਚੱਲੇ ਜੀ, ਕਿਉਂਕਿ ਜਿਨ੍ਹਾਂ ਨੇ ਤੇ ਟਕਸਾਲੀ ਅਕਾਲੀ ਦਲ ਬਣਾ ਲਿਆ ਉਹ ਤੇ ਹੁਣ ਇਸ ਲਾਈਨ 'ਚ ਨਹੀਂ ਆਉਂਦੇ, ਬਿਲਕੁਲ, ਲੇਕਿਨ ਜਿਹੜੇ ਇਸ ਲਾਈਨ 'ਚ ਆਉਂਦੇ ਆ ਜੀ, ਜੇ ਉਹ ਕਹਿ ਦੇਣ ਕਿ ਅਸੀਂ ਇੰਨੇ ਸਾਲਾਂ ਦਾ ਸਾਡਾ ਇਹਦੇ 'ਚ ਸਫ਼ਰ ਸੀ ਜੀ, ਸਾਨੂੰ ਪ੍ਰਧਾਨਗੀ ਦੀ ਚੋਣ ਤੋਂ ਪਾਸੇ ਰੱਖਣ ਲਈ ਜੀ ਜਾਣ ਬੁੱਝ ਕੇ ਸਾਡੇ ਕੈਰੀਅਰ ਨੂੰ ਦਾਅ ਤੇ ਲਾਇਆ ਗਿਆ ਜੀ, ਅਤੇ ਮੇਰਾ ਖਿਆਲ ਆ ਪ੍ਰਧਾਨਗੀ ਦੀ ਚੋਣ ਤਾਂ ਉਹ ਵੀ ਮਨਸੂਖ ਹੋ ਸਕਦੀ, ਬਿਲਕੁਲ, ਮੇਰਾ ਖਿਆਲ ਉਹ ਸਟੇ ਹੋ ਸਕਦਾ ਜੀ, ਦੁਬਾਰਾ ਇਲੈਕਸ਼ਨ ਹੋ ਸਕਦੀ, ਬਿਲਕੁਲ, ਇਹ ਲੇਕਿਨ ਕੋਈ ਬਣੇ ਨਾ ਬਣੇ, ਲੇਕਿਨ ਇੱਕ ਕਹਿੰਦੇ ਟਿੰਡ ਚਕਾਨਾ ਤੇ ਪੈ ਗਿਆ, ਬਿਲਕੁਲ ਉਹ ਹੀ ਨਾ ਵੀ ਨਾ ਖੇਡਣਾ ਨਾ ਖੇਡਣ ਦੇਣਾ ਬਸ। ਹੁਣ ਦੇਖਣ ਵਾਲੀ ਗੱਲ ਆ ਕਿ ਜਦੋਂ ਆਪਣੇ ਪੁਰਾਣੇ ਸਾਥੀ ਇਸ ਹੱਦ ਤੱਕ ਜਾਣ ਲਈ ਤਿਆਰ ਹੋਣ ਤੇ ਅੰਦਰ ਬੇਚੈਨੀ ਤੇ ਹਲਚਲ ਹੁੰਦੀ ਹੁੰਦੀ, ਬਿਲਕੁਲ, ਹੁਣ ਉੱਪਰੋਂ ਉੱਪਰੋਂ ਅਸੀਂ ਜਿੰਨੇ ਮਰਜ਼ੀ ਦਮਗਜ਼ੇ ਮਾਰੀਏ ਜੀ, ਅਸੀਂ ਜਿੰਨੇ ਮਰਜ਼ੀ ਵੱਡੇ ਵੱਡੇ ਬਿਆਨ ਜਾਰੀ ਕਰੀਏ, ਸਟੇਟਮੈਂਟਸ ਜਾਰੀ ਕਰੀਏ, ਲੇਕਿਨ ਘਰ ਦੀ ਲੜਾਈ ਕਈ ਕੁਝ ਨਾਲ ਲੈ ਜਾਂਦੀ, ਬਿਲਕੁਲ। ਸਵਾਲ ਇਹ ਆ ਕਿ ਆਖਿਰ ਘਰ ਦੀ ਲੜਾਈ ਇੱਥੋਂ ਤੱਕ ਆਈ ਕਿਉਂ? ਹਾਂ, ਕਿਹੜੇ ਸਮੇਂ ਸੀ, ਕਿਹੜੇ ਕਾਰਨ ਸੀ ਜੀ ਜਦੋਂ ਅਸੀਂ ਅਵੱਗਿਆ ਕੀਤੀ ਆਪਣੇ ਸਿਧਾਂਤਾਂ ਦੀ? ਅਸੀਂ ਜਦੋਂ ਚੰਗੇ ਭਲੇ ਚੱਲਦੇ ਚੱਲਦੇ ਆਪਣਾ ਇੰਨਾ ਮੋੜ ਕੱਟ ਗਏ, ਹਾਂ, ਕਿ ਹੁਣ ਸਾਨੂੰ ਸਮਝ ਨਹੀਂ ਆ ਰਹੀ ਕਿ ਸਿੱਧੇ ਕਿੱਦਾਂ ਆਉਣਾ, ਬਿਲਕੁਲ, ਆਪਣੇ ਘਰ ਦਾ ਹੀ ਰਾਹ ਭੁੱਲ ਗਏ ਜੀ, ਅਕਾਲੀ ਦਲ ਕਿਸ ਤਰ੍ਹਾਂ ਦਾ ਸੀ ਔਰ ਕਿਸ ਤਰ੍ਹਾਂ ਅੱਗੇ ਚੱਲਣਾ ਸੀ ਉਹਦਾ ਰਾਹ ਭੁੱਲ ਕੇ ਜੀ ਅਸੀਂ ਔਜੜੇ ਪੈ ਗਏ, ਹਾਂ, ਇਹ ਸਿਵਿਆਂ ਨੂੰ ਹੀ ਜਾਂਦਾ ਰਾਹ ਹੋਰ ਕੀ। ਔਰ ਅਸੀਂ ਅਸੀਂ ਤੇ ਐਲਾਨ ਕੀਤਾ ਸੀ ਜੀ ਕਿ ਅਸੀਂ 100 ਸਾਲ ਦੇ ਜਸ਼ਨ ਮਨਾਵਾਂਗੇ, ਬਿਲਕੁਲ, ਤੇ ਬਗਾਨੇ ਜਿਹੜੇ ਪੁੱਤ ਸੀ ਉਹਨਾਂ ਨੇ ਜਸ਼ਨ ਦੇ ਰਾਜ ਵਿੱਚ ਆਪਣਾ ਨਵਾਂ ਟ੍ਰੈਸ਼ਨ ਸ਼ੁਰੂ ਕਰ ਦਿੱਤਾ। ਲੇਕਿਨ ਦੇਖੋ ਜੋ ਮਰਜ਼ੀ ਮੰਨੋ ਸਰਦਾਰ ਜੀ ਜੀ, ਹੈ ਕਰੂਸ਼ਲ ਗੇਮ, ਹਾਂ, ਆਸਾਨ ਨਹੀਂ, ਵੇਖਣ ਵਾਲੇ ਨੂੰ ਲੱਗੂ ਯਾਰ ਐਡਾ ਕੀ ਆ, ਪਿੱਛੇ ਕਈ ਕੁਝ ਹੁੰਦਾ ਆ, ਜਿਹੜਾ ਪਿੱਛੇ ਹੁੰਦਾ ਆ ਜੀ ਜੀ ਉਹ ਬਹੁਤ ਸਤਾਈ ਸੀ ਜੀ, ਉਹ ਟੋਟਲ ਪੋਲੀਟੀਕਲ ਸੀ, ਇਸ ਵੇਲੇ ਸਾਰੇ ਦਾ ਸਾਰਾ ਸਿਧਾਂਤਕ ਹੋ ਚੱਲਿਆ, ਇਸ ਵੇਲੇ ਲੜਾਈ ਫੋਕਸਡ ਹੋ ਗਈ ਆ ਜੀ ਉਹਨਾਂ ਚੀਜ਼ਾਂ ਤੇ ਜਿਹੜੀਆਂ ਚੀਜ਼ਾਂ ਲੋਕ ਦੇਰ ਦੀਆਂ ਵੇਖਦੇ ਸੀ। ਔਰ ਐਸਾ ਸਮਾਂ ਜੀ ਜਦੋਂ ਤੁਹਾਡੇ ਭਾਈਵਾਲ ਜਿਹੜੇ ਨੇ ਜੀ ਉਹ ਵੀ ਤੁਹਾਡੇ ਵੱਲ ਸ਼ੱਕ ਦੀ ਨਿਗਾਹ ਨਾਲ ਵੇਖਦੇ ਪਏ ਨੇ ਕਿ ਤੁਸੀਂ ਕਿੰਨਾ ਕੁ ਸਾਥ ਦਿੱਤਾ, ਤੁਸੀਂ ਕਿੰਨੀ ਵਾਰੀ ਉਹਨਾਂ ਨੂੰ ਚੁਣੌਤੀ ਦਿੱਤੀ ਜੀ, ਉਹ ਵੀ ਸੋਚਦੇ ਨੇ ਕਿ ਅੱਛਾ ਚਲੋ ਜੇ 9 ਮਾਸ ਦਾ ਰਿਸ਼ਤਾ ਨਹੀਂ ਨਿਭਿਆ ਤੇ ਹੁਣ ਨਿਭਾਉਣ ਦੀ ਲੋੜ ਵੀ ਕੀ ਆ ਫਿਰ। ਮੈਂ ਕਿਹਾ ਕਈ ਵਾਰੀ ਨਾ ਭਾਈਵਾਲ ਚੁੱਪ ਕਰਕੇ ਪਾਸੇ ਬਹਿ ਕੇ ਤਮਾਸ਼ਾ ਵੇਖਦੇ ਹੁੰਦੇ, ਬਿਲਕੁਲ, ਭਾਵੇਂ ਉਹ ਤੁਹਾਡੇ ਨਾਲ ਵੀ ਚੱਲਦੇ ਹੋਣ, ਹਾਂ, ਭਾਵੇਂ ਦਿਖਾਵਾ ਇਹੀ ਹੋਵੇ ਕਿ ਅਸੀਂ ਤੁਹਾਡੇ ਪੱਕੇ ਸਕੇ ਹਾਂ, ਬਿਲਕੁਲ, ਲੇਕਿਨ ਅਖੀਰ ਦੇ ਵਿੱਚ ਇਹ ਕਹਿਤਾ ਜਾਂਦਾ ਕਿ ਤੇ ਕਾਨੂੰਨੀ ਦਾਅ ਪੇਚ ਆ, ਹਾਂ, ਇਹ ਤਾਂ ਸੰਵਿਧਾਨਕ ਲੋੜਾਂ ਨੇ,
ਇੱਥੇ ਤਾਂ ਆਨਸਰ ਕਰਨਾ ਪੈਣਾ। ਅਸੀਂ ਕਾਨੂੰਨੀ ਕਾਰਵਾਈ 'ਚ ਦਖਲ ਅੰਦਾਜ਼ੀ ਨਹੀਂ ਦੇ ਸਕਦੇ। ਪਰ ਸਰਦਾਰ ਜੀ, ਇਹਨਾਂ ਦੀਆਂ ਹੀ ਪੁਰਾਣੀਆਂ ਰਵਾਇਤਾਂ ਹੈ। ਅੱਛਾ, ਕਿ ਆਪਣਾ ਸਭ ਤੋਂ ਤੇਜ਼ ਤਰਾਰ ਬੰਦੇ ਟੰਗ ਕੇ ਰੱਖੋ ਅਖੀਰ ਤੱਕ। ਜੀ, ਗੱਲ ਇਹ ਆ ਕਿ ਜੇ ਅਗਲਿਆਂ ਮਦਦ ਵੀ ਕਰਨੀ ਹੋਈ, ਹਾਂ, ਤੇ ਪਹਿਲਾਂ ਉਹ ਨਾ ਜਿੱਦਾਂ ਕਹਿੰਦੇ ਬੇਚੈਨ ਰੂਹ ਤੁਰਦੀ ਫਿਰਦੀ ਦਿਸਦੀ ਰਹਿਣੀ ਚਾਹੀਦੀ ਹੈ, ਤਾਂ ਕਿ ਜਿੱਥੇ ਮਰਜ਼ੀ ਮੋਹਰ ਲਵਾ ਲਈਏ। ਬਿਲਕੁਲ, ਕਿਉਂਕਿ ਜਿਹੜਾ ਅਸੀਂ ਕਈ ਵਾਰੀ ਗੱਲ ਕੀਤੀ ਹੈ ਕਿ ਆ ਹੁਣ ਜਿਹੜਾ ਬਿੱਲ ਆਇਆ, ਬਾਹਰ ਤੇ ਜੋ ਮਰਜ਼ੀ ਕਿਹਾ, ਬਿਲਕੁਲ ਅੰਦਰ ਤੇ ਹੱਕ 'ਚ ਸਹਿਮਤੀ ਦੇ ਕੇ ਆਏ। ਬਿਲਕੁਲ, ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਲੋਕ ਚਾਹੀਦੇ ਆ ਜਿਹੜੇ ਚੁੱਪ ਚਪੀਤੇ ਮਗਰ ਮਗਰ ਚੱਲੀ ਜਾਣ। ਬਿਲਕੁਲ, ਮਗਰ ਮਗਰ ਉਹੀ ਚੱਲੂ ਜਿਹੜਾ ਫਸਿਆ ਹੋ। ਯੈਸ ਮੈਨ, ਮਗਰ ਮਗਰ ਉਹੀ ਚੱਲੂ ਜਿਹੜਾ ਫਸਿਆ ਹੋ। ਬਿਲਕੁਲ, ਹੁਣ ਜੇਕਰ ਇਹ ਢੀਂਡਸਾ ਔਰ ਉਹਨਾਂ ਦੇ ਸਾਥੀ ਸਹਿਯੋਗੀ ਜੀ ਇਸ ਤਰ੍ਹਾਂ ਦੀ ਪ੍ਰਕਿਰਿਆ ਨੂੰ ਸਰਗਰਮੀ ਨਾਲ ਅੱਗੇ ਵਧਾ ਦਿੰਦੇ ਆ ਜੀ, ਤੇ ਮੇਰੇ ਖਿਆਲ ਬੇਚੈਨੀ ਰਾਤਾਂ ਦੀ ਵੀ ਵਧਣਾ। ਹਾਂ, ਮਤਲਬ ਕਿ ਕਾਰਨ ਹੈ ਕਿ ਲੋਕਾਂ ਨੂੰ ਘੇਰਨ ਦੀ ਬਜਾਏ, ਸਰਕਾਰਾਂ ਨੂੰ ਘੇਰਨ ਦੀ ਬਜਾਏ, ਘੇਰਨ ਵਾਲੇ ਜਿਹੜੇ ਸੀ ਉਹ ਆਪ ਘਿਰੇ ਹੋਣਗੇ ਜੀ, ਅਤੇ ਕੁਦਰਤੀ ਹੈ ਵੀ ਲੜਾਈ ਜਿਹੜੀ ਆ ਕਿੰਨੇ ਕੁ ਖੇਤਰ ਕਿੰਨੇ ਕੁ ਮਤਲਬ ਕਿ ਖਿੱਤਿਆਂ 'ਚ ਖੋਲ੍ਹਣੀ ਪੈਣੀ ਆ, ਉਹ ਵੀ ਸੋਚਣਾ ਪਏਗਾ। ਹੁਣ ਬਹੁਤ ਅਹਿਮ ਹੁੰਦਾ ਹੈ ਕਿ ਜਦੋਂ ਅਸੀਂ ਸਾਲਾਂ ਦੀ ਰਾਜ ਸੱਤਾ ਹੰਢਾਈ ਹੋਵੇ ਜੀ, ਅਤੇ ਅਚਨਚੇਤ ਪੈਰਾਂ ਦੇ ਵਿੱਚ ਕੋਈ ਆਣ ਪਵੇ ਜੀ, ਸਾਡੇ ਪੈਰਾਂ 'ਚ ਕੋਈ ਅੜਨਾ ਸ਼ੁਰੂ ਕਰ ਦੇਵੇ ਜੀ, ਅਤੇ ਸ਼ੁਰੂ 'ਚ ਅਟਪਟਾ ਤਾਂ ਲੱਗਦਾ ਹੈ, ਕਦੇ ਕਦੇ ਸ਼ੁਰੂ 'ਚ ਇੰਝ ਵੀ ਲੱਗਦਾ ਕਿ ਕੀ ਫਰਕ ਪੈਂਦਾ ਪੈਰਾਂ 'ਚ ਹੀ ਨੇ। ਬਿਲਕੁਲ, ਲੇਕਿਨ ਪੈਰਾਂ ਦੇ ਕੰਡੇ ਵੀ ਅਤੇ ਪੈਰਾਂ ਦੀ ਹਰਡਲ ਵੀ ਜਿਹੜੀ ਆ ਸੁੱਟ ਦਿੰਦੀ ਕਿਸੇ ਵੇਲੇ, ਹਉ ਪਰੇ ਕਹਿਣ ਦੀ ਨੀਤੀ ਜਿਹੜੀ ਆ ਕਈ ਵਾਰੀ ਬਹੁਤ ਭਾਰੀ ਪੈ ਜਾਂਦੀ ਹੈ। ਇਹੋ ਹੀ ਹੋ ਰਿਹਾ ਜਦੋਂ ਇਹ ਢੀਂਡਸਾ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਇਸ ਪ੍ਰਕਿਰਿਆ ਨੂੰ ਜਿਹੜੀ ਪ੍ਰਧਾਨਗੀ ਲਈ ਅਪਣਾਈ ਗਈ ਜੀ, ਉਹਨੂੰ ਚੁਣੌਤੀ ਦੇਣ ਦਾ ਫੈਸਲਾ ਕੀਤਾ ਗਿਆ, ਉਹਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਗਿਆ, ਭਾਰਤੀ ਚੋਣ ਕਮਿਸ਼ਨ ਤੱਕ ਜਾਣ ਦਾ ਫੈਸਲਾ ਕੀਤਾ ਗਿਆ। ਬਿਲਕੁਲ ਪੁਖਤਾ ਸੂਤਰ ਹੈ ਸਾਡੇ ਕਿ ਇਹਦੇ ਵਿੱਚ ਸਰਦਾਰ ਰਵਿੰਦਰ ਸਿੰਘ, ਜਿਹੜੇ ਸੁਖਦੇਵ ਸਿੰਘ ਢੀਂਡਸਾ ਖਾਸ ਤੌਰ 'ਤੇ ਦੋਨੇ ਰਲ ਕੇ ਇਸ ਦਿਸ਼ਾ ਨੂੰ ਅੱਗੇ ਵਧ ਰਹੇ ਆ, ਇਹਦੇ ਨਾਲ ਅਕਾਲੀ ਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਔਰ ਵੱਧਦੀਆਂ ਨਜ਼ਰ ਆ ਰਹੀਆਂ ਜੀ। ਪ੍ਰਧਾਨ ਜੀ ਨੂੰ ਤਾਂ ਹੁਣ ਥੋੜ੍ਹਾ ਜਿਹਾ ਹੋਰ ਸਤਰਕ ਹੋ ਕੇ ਚੱਲਣ ਦੀ ਲੋੜ ਆ। ਬਹੁਤ ਮਿਹਰਬਾਨੀ।